ਰੰਗ ਪੰਜਾਬ ਦੇ ਯੂਟਿਊਬ ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਧਰਮਾ ਹਰਿਆਊ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਜਿਸ ਤਰ੍ਹਾਂ ਪੰਚਾਇਤੀ ਚੋਣਾਂ 2018 ਦਾ ਐਲਾਨ ਜੋ ਪਿਛਲੇ ਦਿਨੀ ਹੋ ਚੁੱਕਿਆ ਪੰਜਾਬ ਦੇ ਵਿੱਚ, ਸੋ ਉਸੇ ਤਹਿਤ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਮਾਹੌਲ ਕਿਤੇ ਠੰਡਾ ਕਿਤੇ ਗਰਮ ਹੈ, ਪਰ ਕੁਝ ਪਿੰਡ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਿੰਡ ਹੈ ਗੁਰਨੇ ਖੁਰਦ, ਜ਼ਿਲ੍ਹਾ ਸੰਗਰੂਰ ਦਾ ਪਿੰਡ, ਛੋਟਾ ਜਿਹਾ ਪਿੰਡ ਹੈ, ਪਰ ਉਸ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਇਸ ਵਾਰ ਬੇਸ਼ੱਕ ਪੰਚਾਇਤੀ ਚੋਣਾਂ ਦੇ ਵਿੱਚ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਜਿਹੜਾ ਬਾਕੀ ਹੈ, ਪਰ ਇਸ ਨਗਰ ਦੇ ਨੌਜਵਾਨਾਂ ਨੇ, ਮੋਹਤਵਰ ਬੰਦਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ, ਬਹੁਤ ਵਧੀਆ ਹਿੰਮਤ ਕੀਤੀ ਹੈ ਕਿ ਇਸ ਨਗਰ ਦੇ ਇੱਕ ਸੂਝਵਾਨ ਨੌਜਵਾਨ ਨੂੰ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ, ਸ਼੍ਰੀ ਰਵਿੰਦਰ ਕੁਮਾਰ ਰਿੰਕੂ ਜੀ। ਸੋ ਆਓ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਇਹ ਸਰਪੰਚ ਸਾਹਿਬ ਰਵਿੰਦਰ ਸਿੰਘ ਰਿੰਕੂ ਜੀ ਨਾਲ। ਹਾਂਜੀ ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਜੀ, ਜੋ ਕਿ ਇਸ ਨਗਰ ਨੇ ਗੁਰਨੇ ਖੁਰਦ ਨੇ ਤੁਹਾਡੇ 'ਤੇ ਵਿਸ਼ਵਾਸ ਜਤਾਇਆ ਅਤੇ ਤੁਹਾਨੂੰ ਪਿੰਡ ਦਾ ਸਰਪੰਚ ਚੁਣਿਆ, ਕਿਉਂਕਿ ਬੇਸ਼ੱਕ ਪੰਚਾਇਤੀ ਚੋਣਾਂ ਦੇ ਵਿੱਚ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਜਿਹੜਾ ਬਾਕੀ ਹੈ, ਪਰ ਫਿਰ ਵੀ ਬਹੁਤ ਪਹਿਲਕਦਮੀ ਕੀਤੀ ਹੈ ਤੁਹਾਡੇ ਨਗਰ ਨੇ, ਤੁਹਾਡੇ ਨਗਰ ਦੇ ਸੂਝਵਾਨ ਨੌਜਵਾਨਾਂ ਨੇ, ਪਤਵੰਤੇ ਸੱਜਣਾਂ ਨੇ, ਕਿ ਤੁਹਾਨੂੰ ਪਿੰਡ ਦਾ ਸਰਪੰਚ ਜੋ ਨਿਯੁਕਤ ਕੀਤਾ, ਅਤੇ ਤੁਸੀਂ ਇਸ ਬਾਰੇ ਪਿੰਡ ਦੇ ਸੱਜਣਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਰੰਗ ਪੰਜਾਬ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਨਿਮਾਣੇ ਜੇ ਨਗਰ ਦੇ ਵਿੱਚ ਦਰਸ਼ਨ ਦਿੱਤੇ ਹੈ। ਦੂਸਰਾ, ਮੈਂ ਸਾਡੇ ਪਿੰਡ ਦੇ ਬੱਚੇ ਦਾ ਦੇਣ ਨਹੀਂ ਦੇ ਸਕਦਾ, ਜਿਨ੍ਹਾਂ ਨੇ ਮੇਰੇ ਉੱਤੇ ਐਡੀ ਵੱਡੀ ਜ਼ਿੰਮੇਵਾਰੀ, ਸਤਿਕਾਰ ਮਾਣ ਦਿੱਤਾ। ਮੈਂ ਹਰ ਇੱਕ ਵੋਟਰ ਦਾ, ਹਰ ਇੱਕ ਸਪੋਰਟਰ ਦਾ ਦਿਲ ਦੀਆਂ ਕਹਿ ਰਹੀ ਜੋ ਧੰਨਵਾਦ ਕਰਦਾ, ਅਤੇ ਜੋ ਉਹਨਾਂ ਨੂੰ ਮੇਰੇ 'ਤੇ ਉਮੀਦਾਂ ਨੇ, ਮੈਂ ਆਸ ਕਰੂੰਗਾ ਉਹਨਾਂ ਦੀ ਆਸ ਪੂਰਾ ਕਰਨ ਜੀ। ਸੋ ਤੁਸੀਂ ਪਹਿਲਾਂ ਸਰਪੰਚ ਕਦੋਂ ਬਣੇ ਸੀ ਜੀ? ਪਹਿਲਾਂ ਜੀ ਮੈਂ 2003 ਦੇ ਵਿੱਚ ਪਹਿਲੀ ਵਾਰ ਸਰਪੰਚ ਬਣਿਆ ਸੀ, ਅਤੇ ਮੈਨੂੰ ਮਾਣ ਹੈ ਇਸ ਧਰਤੀ ਦੇ ਉੱਤੇ ਕਿ ਮੈਂ ਉਦੋਂ ਵੀ ਪੰਜਾਬ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਸਰਪੰਚ ਸੀ, ਅਤੇ 21 ਸਾਲ ਦਾ ਸਰਪੰਚ ਬਣਦਾ ਹੁੰਦਾ, ਮੇਰੀ ਉਮਰ 21 ਸਾਲ ਤੋਂ ਘੱਟ ਸੀਗੀ। ਸਿਰਫ 2 ਦਿਨ ਘੱਟ ਸੀ ਜੀ 2 ਦਿਨ ਘੱਟ ਸੀ, ਅਤੇ 21 ਸਾਲ ਤੋਂ ਫਿਰ ਵੀ ਤੁਸੀਂ ਸਰਪੰਚ ਬਣੇ 2003 ਦੇ ਵਿੱਚ। ਪੰਜਾਬ ਦੇ 12,000 ਤੋਂ ਉੱਪਰ ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੁਰਨੇ ਖੁਰਦ ਇੱਦਾਂ ਦਾ ਪਿੰਡ ਜ਼ਿਲ੍ਹਾ ਸੰਗਰੂਰ ਦਾ, ਜਿਨ੍ਹਾਂ ਨੇ ਜਿੱਥੇ 2003 ਦੇ ਵਿੱਚ ਵੀ ਇੱਕ ਰਿਕਾਰਡ ਕਿ ਸਭ ਤੋਂ ਛੋਟੀ ਉਮਰ ਦਾ ਸਰਪੰਚ ਚੁਣਿਆ, ਅਤੇ 2018 ਦੀਆਂ ਜੋ ਪੰਚਾਇਤੀ ਚੋਣਾਂ ਨੇ ਉਹਦੇ ਵਿੱਚ ਵੀ ਇੱਕ ਵੱਖਰਾ ਰਿਕਾਰਡ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਪਹਿਲਕਦਮੀ ਕੀਤੀ ਹੈ ਕਿ ਪਿੰਡ ਦੇ ਵਿੱਚੋਂ ਇੱਕ ਨੌਜਵਾਨ ਨੂੰ ਵਿਸ਼ਵਾਸ ਜਿਤਾਇਆ ਤੁਹਾਡੇ 'ਤੇ ਅਤੇ ਤੁਹਾਨੂੰ ਇਸ ਨਗਰ ਦਾ ਸਰਪੰਚ ਚੁਣਿਆ 2018 ਦੇ ਵਿੱਚ, ਅਤੇ ਇਹਦੇ ਵਾਸਤੇ ਵੀ ਤੁਹਾਡੇ ਵਾਸਤੇ ਨਹੀਂ, ਸਾਰੇ ਨਗਰ ਦੇ ਵਾਸਤੇ ਲੱਖ ਲੱਖ ਵਾਰ ਮੁਬਾਰਕਬਾਦ ਹੈ ਸਾਡੇ ਵੱਲੋਂ। ਅਤੇ ਸਾਡੇ ਜਿਵੇਂ ਪਿੰਡਾਂ ਦੇ ਵਿੱਚ ਅੱਗੇ ਹੁਣ ਚੱਲ ਪੈਣਾ ਦੌਰ ਪੰਚਾਇਤਾਂ ਦਾ, ਕਿਉਂਕਿ ਹਜੇ ਤਾਂ ਲੋਕ ਨੇ ਜਿਹੜੇ ਉਹ ਕੰਮਾਂ ਦੇ ਵਿੱਚ ਉਲਝੇ ਹੋਏ ਨੇ, ਸੋ ਤੁਸੀਂ ਸਾਡੇ ਬਾਕੀ ਪਿੰਡਾਂ ਦੇ ਜੋ ਲੋਕ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ? ਦੇਖੋ ਜੀ, ਮੈਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਵੇਂ ਮੇਰੇ ਪਿੰਡ ਦੇ ਲੋਕਾਂ ਨੇ ਸੂਝਵਾਨੀ ਦੇ ਨਾਲ ਇੱਕ ਐਡਾ ਵਧੀਆ ਕਦਮ ਚੱਕਿਆ ਜੋ ਹੋਰਾਂ ਪਿੰਡਾਂ ਵਾਸਤੇ ਚਾਨਣ ਮੁਨਾਰਾ ਹੋਊਗਾ, ਅਤੇ ਮੈਂ ਬਾਕੀ ਦੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੜ੍ਹੇ ਲਿਖੇ ਨੌਜਵਾਨ ਬੰਦਿਆਂ ਦੇ ਹੱਥ ਪਿੰਡਾਂ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਜਾਵੇ, ਅਤੇ ਸਰਬਸੰਮਤੀ ਨਾਲ ਬਾਕੀ ਦੇ ਪਿੰਡ ਵੀ ਲੋਕ ਪੰਚਾਇਤਾਂ ਚੁਣਨ, ਅਤੇ ਇਹੀ ਮੇਰੀ ਸਾਰੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ, ਅਤੇ ਮੈਂ ਆਸ ਕਰਦਾ ਕਿ ਕੁਛ ਨਾ ਕੁਛ ਸਬਕ ਜ਼ਰੂਰ ਲੋਕ ਸਿੱਖਣਗੇ ਇਸ ਗੱਲ ਤੋਂ, ਇਸ ਗੱਲ ਤੋਂ ਸੇਧ ਲੈਣਗੇ ਕਿ ਹਰੇਕ ਪਿੰਡ ਦੇ ਵਿੱਚ ਪਾਰਟੀਬਾਜ਼ੀ ਪਰਾਂ ਹੋਵੇ, ਭਾਈਚਾਰਾ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਕਾਇਮ ਰਹਿ ਸਕੇ, ਇਹੀ ਮੈਂ ਲੋਕਾਂ ਤੋਂ ਆਸ ਕਰੂੰਗਾ ਜੀ। ਜੀ, ਕਿਉਂਕਿ ਪਿੰਡਾਂ ਦੇ ਵਿੱਚ ਕਹਿ ਲਈਏ ਸਭ ਤੋਂ ਵੱਡੀ ਮੇਨ ਚੀਜ਼ ਹੈ ਜਿਹੜੀ, ਉਹ ਭਾਈਚਾਰਕ ਸਾਂਝ ਹੈ ਜੀ, ਉਹ ਬਣੀ ਰਹੇ ਅਤੇ ਉਹਨੂੰ ਬਣਾਈ ਰੱਖਣਾ ਹੀ ਸਾਡੇ ਸਮਾਜ ਦਾ ਜਿਹੜਾ ਅਹਿਮ ਕੰਮ ਹੈ। ਅਹਿਮ ਸਾਹਿਬ, ਤੁਹਾਡੇ ਨਗਰ ਦੀ ਜੋ ਵੋਟ ਹੈ ਉਹ ਕਿੰਨੀ ਹੈ ਜੀ?
ਮੇਰੇ ਪਿੰਡ ਦੀ ਵੋਟ ਤਕਰੀਬਨ 550-650 ਦੇ ਵਿੱਚ ਹੈ ਅਤੇ ਛੋਟਾ ਜਿਹਾ ਸਾਡਾ ਪਿੰਡ ਹੈ, ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਸਾਰੇ ਇੱਥੇ ਵਿਚਰਦੇ ਹਾਂ ਅਤੇ ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਅਸੀਂ ਉਮੀਦ ਕਰਦੇ ਹਾਂ ਵੀ ਸਾਰੇ ਕੰਮ ਕਰਾਂਗੇ ਲੋਕਾਂ ਦੀ ਰਾਏ ਦੇ ਨਾਲ, ਜੋ ਲੋਕ ਚਾਹੁਣਗੇ ਪਿੰਡ ਦੇ ਭਲੇ ਦੇ ਵਾਸਤੇ ਉਹ ਅਸੀਂ ਕਰਾਂਗੇ, ਲੋਕਾਂ ਦੀ ਰਾਏ ਦੇ ਨਾਲ ਹੀ ਚੱਲਾਂਗੇ ਅਤੇ ਜੋ ਕੰਮ ਸਾਨੂੰ ਕਹਿਣਗੇ ਉਹ ਕਰਾਂਗੇ। ਬਿਲਕੁਲ ਜੀ, ਇੱਕ ਸਰਪੰਚ ਚੁਣਿਆ ਜਾਂਦਾ ਸਮੁੱਚੇ ਨਗਰ ਦੇ ਵੱਲੋਂ, ਪਰ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਪਿੰਡ ਦੇ ਕੰਮ ਕਰਨ ਦੀ, ਪਰ ਉਹ ਕੰਮ ਤਾਂ ਹੀ ਸੰਭਵ ਹੁੰਦੇ ਨੇ ਜੇ ਪਿੰਡ ਦਾ ਸਹਿਯੋਗ ਹਮੇਸ਼ਾ ਹੀ ਬਣਿਆ ਰਹੇ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਗੁਰਨੇ ਖੁਰਦ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਬਹੁਤ ਹੀ ਛੇਤੀ ਪੰਚਾਇਤੀ ਚੋਣਾਂ ਜਿਹੜੇ ਕਿ ਨਿਯੁਕਤ ਕਰਨੇ ਸਰਪੰਚ, ਉਹਨਾਂ ਦੇ ਵਿੱਚ ਤਾਂ ਘੱਟੋ ਘੱਟ ਮੇਰੇ ਖਿਆਲ ਵੀ 2 ਮਹੀਨਿਆਂ ਤੋਂ ਉੱਪਰ ਦਾ ਸਮਾਂ ਪਿਆ, ਪਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਬਹੁਤ ਛੇਤੀ ਆਪਣੇ ਨਗਰ ਦਾ ਜੋ ਇਹ ਸਰਪੰਚ ਚੁਣਿਆ ਰਵਿੰਦਰ ਰਿੰਕੂ ਜੀ, ਸਾਡੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜੀ, ਸਾਰੇ ਨਗਰ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ। ਸੋ ਦੋਸਤੋ, ਅਗਲੀ ਵਾਰੀ ਤੁਹਾਨੂੰ ਕਿਸੇ ਹੋਰ ਸ਼ਖਸ ਦੇ ਨਾਲ ਫਿਰ ਮਿਲਾਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।